अस्सलाम वालेकुम जी, की हाल है भाई? ठीक हो? सेहत ठीक है? अच्छा भाई, मैं गल कीती आई जट्टां दे बारे च ना, उस गल्ले ना कुछ बंदे गलत पासे लै गए, कोई सही पासे लै गए, ते गल बंदे उस पासे लै जानी हुंदी है जितना उहदा ज़हन हुंदा है। अगो हर गल्ले दे दो राह हुंदे ने, कोई सही पासे ला लैंदा, कोई गलत पासे ला लैंदा। अच्छा जनाब, अगे आ जाओ, वीघा किला वेच के जाने वाली गल। भाई असि वीघा किला वेच के जाने, इतो जिन्हां दे हालात माड़े ने, जिन्हां कोल चुहानियां हैन ओह ते भाई ये टुर जांदे ने डंकियां दे धक्के, कोई नहीं खांदे। जिन्हां कोल नहीं, ओह भाई वीघा किला नहीं निरा वेचदे, ओह घरे दा सोना वेचदे ने, ओह मंग पिन के ठग वग के यार चोर ठग के हर शायद तां अपड़दे ने। उत्थे अपड़ के अगो भाई बंदियां दे सबब बन जांदे ने, रंग मारने आले जां बांडे धोने आले जिहड़े ने, ओह भाई अपनी हलाल रोजी कमांदे पए ने, ओना निकी साइड ते रखो। लेकिन आ ओ भी ओना च जांदे ने, ओ आंदे ने तलाब चो एक मच्छी गंदी होवे ते नाल सारियां गंदियां। जेड़े विच को चंद बंदे ना जिन्हां दा सबब लग जांदा है, सबब लगने तो मुराद ए बा जिन्हां आराम रलन लग पौंदा, ओ जिस वे भाई आराम रलदा है ना, आराम ओ चंगिया कम्मा पिछे नहीं जांदा, ओ आराम माड़िया कम्मा पिछे जांदा। तुसीं आराम दी कमाई थाणियां च लासो, जेलां च लासो, अस्पतालां च लासो, टाउट जेड़े ने उहनां नूं खवासो, कोनाल चार मछिंदर रला लै उहनां नूं खवासो, ते भाई जैसे ओह पैसे मुख जाणे ने ना, उस वेले कोई नूं तेरा वाली वार सुणा ना, बाणी तेरे कोल किसे ना, तेरे ना किसे सलाम लेणी ना, किसे तेरे को पुछना बा हुण तेरे केड़े हाल ने। अच्छा अगो जनाब, पैसे आराम दे आ गए, कईयां बंदियां कोल जैसे चुहानियां हुंदियां ना, कुछ बंदे उहनां नूं वेख नहीं सकदे, ते जेड़े कुछ छोदे हुंदे ने ओह पचा नहीं सकदे। भाई जेड़े नहीं पचा सकदे, ओह वी जेड़े दुआन वेख नहीं सकदे, ओह दुआन उंगला के दुआन किसे ना किसे गपूले च फा छड्डदे ने। तुसी को बंदा मार बंदे हो, नुकसान कर बंदे हो, जेड़े अजकल साडे इन्हां चों पंजां जिलियां दे हालात होए पए ने, खास कर मंडी उहनां विच टाप ते जांदा पिआ, ਉਹ ਤੁਸੀਂ ਘਰ ਬਣਦੇ ਹੋ, ਵਾਹੇ ਬੇੜੇ ਫਸ ਜਾਂਦੇ ਹੋ, ਪਹਿਲੇ ਦੋ ਮਹੀਨੇ ਤੇ ਬੜਕਾਂ ਕੋਈ ਇਦੋ ਆ ਰਿਹਾ, ਕੋਈ ਨੀ ਜੇਲਾਂ ਵੇਖੀਆਂ ਅੱਗੇ ਜਣੇ ਜੇਲਾਂ ਜਾਂਦੇ ਨੇ। ਇੱਜ਼ਤਦਾਰ ਲੋਕ ਹੁਣ ਵਿੱਚ ਆ ਗਏ ਜਿਹੜੇ ਆਹਦੇ ਨੇ, ਬਾ ਤੂੰ ਗਲਤ ਗੱਲ ਕੀਤੀ ਹੈ ਮਾਵਾਂ ਭੈਣਾਂ ਦੇ ਬਾਰੇ ਚ। ਭਾਈ ਜਿਸ ਵੇਲੇ ਉਹ ਮਾਵਾਂ ਭੈਣਾਂ ਜਾ ਕੇ ਥਾਣਿਆਂ ਦੇ ਬੂਹੇ ਅੱਗੇ ਜ਼ਲੀਲ ਹੁੰਦੀਆਂ ਨੇ, ਜੇਲਾਂ ਹੀ ਜ਼ਲੀਲ ਹੁੰਦੀਆਂ ਨੇ, ਉਸ ਵੇਲੇ ਕਿਤੇ ਤੁਹਾਡੀ ਗੈਰਤ ਹੁੰਦੀ ਹੈ ਜਾਂ ਕਿਤੇ ਹੁੰਦੇ ਹੋ ਤੁਸੀਂ ਉਸ ਵੇਲੇ? ਜਿਸ ਵੇਲੇ ਤੇਰੇ ਮਗਰ ਪੁਲਿਸ ਲੱਗ ਜਾਣੀ ਹੈ, ਤੂੰ ਉਸ ਵੇਲੇ ਕੋਨੇ ਸੋਚਦਾ ਵਾ ਮੇਰੀ ਘਰ ਮਾਂ ਜਾਂ ਭੈਣ? ਤੂੰ ਉਸ ਆਦਾ ਚਲੋ ਹੁਣ ਮੈਂ ਆਪਣੀ ਜਾਨ ਤੇ ਬਚਾਵਾਂ, ਦੂਜਿਆਂ ਦੀ ਵੇਖੀ ਜਾਸੀ, ਆਪੇ ਕਿਸੇ ਨਾ ਕਿਸੇ ਉਹ ਕਿਸੇ ਤੇ ਬੂਹੇ ਤੇ ਗਰੀਬਣੀਆਂ ਬਹਿ ਰਹਿੰਦੀਆਂ ਜਾ ਕੇ। ਅੱਛਾ ਇਸ ਤੋਂ ਅੱਗੇ ਗੱਲ ਜਾਂਦੀ ਏ ਜਾਜ਼ੀ ਨਾਵੇਂ ਵਾਲੇ ਪਾਸੇ, ਜਿਹਦੇ ਵਿੱਚ ਤੁਸੀਂ ਸਾਰਾ ਲੋਕ ਡੁੰਦੇ ਹੋ, ਸਿਆਸੀ ਡੁੰਦੇ ਹੋ, ਆਹ ਜਿਹੜੇ ਉੱਚੀਆਂ ਸ਼ਿਮਲਿਆਂ ਵਾਲੇ ਨੇ, ਉਹਦੀ ਉਹ ਬਾਅਦ ਤੁਹਾਡੀ ਜੇ ਵਾਹ ਕੋਈ ਨਾ ਲੱਗੇ, ਤੁਸੀਂ ਜਿਹੜੇ ਤੁਹਾਡਾ ਲਾਗਲਾ ਹੁੰਦਾ ਨਾ, ਜਿਹਨਾਂ ਨੂੰ ਤੁਹਾਡੀ ਕਦਰ ਹੁੰਦੀ ਹੈ ਜਾਂ ਜਿਹਨਾਂ ਨੂੰ ਅਹਿਸਾਸ ਹੁੰਦਾ, ਉਹ ਭਾਈ ਇਕੱਠੇ ਹੋ ਕੇ ਅਗਲਾ ਘਰ ਵੀ ਇੰਜ ਤੇ ਕੋ ਨੀ ਬਕੋ ਪਾਰ ਹੁੰਦਾ ਜਾਂ ਦੂਰ ਹੁੰਦਾ, ਜ਼ਿਆਦਾ ਮਸਲੇ ਬਣਦੇ ਨੇ ਆਪਣੇ ਮੁਆਸ਼ਰੇ ਚ ਆਪਣੇ ਏਰੀਏ ਵਿੱਚ ਹੀ। ਬੰਦੇ ਦੀਆਂ ਬਹਿਣਾ ਬੂਹੇ ਤੇ ਗਲਦੇ ਨੇ, ਜਿਹੜੇ ਬੰਦੇ ਇਸਤਾਂ ਵਾਲੇ ਨੇ ਚੰਗੇ ਨੇ, ਉਹ ਦੀਆਂ ਬਹਿਣਾ ਬੂਹੇ ਤੇ ਉਠਾਉਣਾ ਬੜਾ ਵੱਡਾ ਗੁਨਾਹ ਸਮਝਦੇ ਨੇ, ਜਾਂ ਉਹ ਜਿਵੇਂ ਆ ਦਿਓ ਬਾਈ ਇੱਜ਼ਤਦਾਰ ਹੈ ਉਹ ਆਪਣੀ ਇੱਜ਼ਤ ਦੇ ਖਿਲਾਫ ਸਮਝਦੇ ਨੇ, ਉਹ ਇਸਤੀ ਵਾਲੇ ਬੰਦੇ ਨੇ, ਤੇ ਜਿਨ੍ਹਾਂ ਦਾ ਜਾਨ ਹੋਇਆ ਹੁੰਦਾ ਮੁੰਡੀਆਂ ਬਹਿਣਾ ਅਹਿਸਾਸ ਹੁੰਦਾ, ਉਹ ਬੂਹੇ ਤੇ ਜਾਂਦੀਆਂ ਨੇ ਰਾਜ਼ੀਨਾਮੇ ਵਾਸਤੇ। ਮੈਂ ਕੋਈ ਇਹ ਗੱਲ ਨਹੀਂ ਕੀਤੀ ਬਸ ਤੁਸੀਂ ਰਿਸ਼ਤਾ ਦੇ ਕੇ ਰਾਜ਼ੀਨਾਮਾ ਕਰਦੇ ਹੋ, ਇਹ ਤੇ ਗੱਲ ਬਾਈ ਜੀ ਹੈ ਹੀ ਖਿਲਾਫ ਨਾ, ਇਹ ਜਿਹੜੇ ਲਿਹਾਜ਼ ਨਾਲ ਵੀ ਵੇਖੋ ਖਿਲਾਫ ਹੈ, ਰਿਸ਼ਤਾ ਦੇ ਕੇ ਰਾਜ਼ੀਨਾਮਾ ਨਹੀਂ ਕਰਨਾ ਹੁੰਦਾ। ਤੇ ਬੰਦੇ ਜਿਹੜੇ ਮਰਿੰਦੇ ਨਾ ਅੱਗੇ ਸਿਆਣਿਆਂ ਦੇ ਹੁੰਦੇ ਆਣ, ਬਸ ਜਿਸ ਵੇਲੇ ਕੁੱਤਾ ਬਾਹਰ ਬਹੁ ਬਹੁ ਕਰੇ ਨਾ, ਉਹਨੂੰ ਦੌੜ ਦੌੜ ਕਰੀ ਰੱਖੋ, ਤੁਹਾਡਾ ਸਿਰ ਛੱਡੀ ਰੱਖੇ ਤੇ ਬਿਹਤਰ ਹੈ, ਤੇ ਜਦੋਂ ਕੁੱਤਾ ਘਰ ਮੂੰਹ ਪਾਵੇ ਉਸ ਨੂੰ ਮੁੜ ਨਾ ਛੱਡੋ। ਸਮਝ ਆ ਗਈ ਹੋਣੀ ਤੁਹਾਨੂੰ ਗੱਲੇ ਦੀ? ਤੇ ਬਾਕੀ ਭਾਈ ਮੇਰੀ ਗੱਲੇ ਦੀ ਵਜ੍ਹਾ ਤੋਂ ਕਿਸੇ ਬੰਦੇ ਦੀ ਦਿਲ ਅਜ਼ਾਰੀ ਹੋਈ ਹੋਵੇ, ਉਹਦੀ ਮੈਂ ਮਾਜ਼ਰਤ ਚਾਹੁੰਦਾ, ਮੇਰੇ ਤੁਸੀਂ ਸਾਰੇ ਭਰਾ ਹੋ। ਲੇਕਿਨ ਜਿਹੜਾ ਨਾ ਥੋੜਾ ਜਿਹਾ ਗੌਰ ਕਰੋ, ਜਿਹੜੇ ਯੂਰਪਾਂ ਵਾਲੇ ਨੇ ਉਹ ਖਾਸ ਕਰਕੇ ਗੌਰ ਕਰੋ, ਪਿਛਲਿਆਂ ਨੂੰ ਕੋਈ ਸਮਝਾਓ, ਤੇ ਤੁਹਾਡਿਆਂ ਉੱਥੋਂ ਦੇ ਹਾਲਾਤਾਂ ਦਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ, ਠੀਕ ਹੈ? ਤੁਸੀਂ ਬਾਈ ਖੋਤੀ ਨੂੰ ਬੂਨ ਵਿਨੋਵਾ ਦੇ, ਪਿਛਲੇ ਜਿਹੜੇ ਨੇ ਉਹਨਾਂ ਨੂੰ ਵੀ ਸਮਝਾਓ, ਭਗਵਾਨ ਗਲਦਿਆਂ ਤੇ ਪਚਾਓ ਕੇ ਕਹੋ
इन जुड़ाओ नहीं। इत्थे मेरे लो गल मुकदी पई है अल्लाह सोने दे हवाले।